ਲੁਧਿਆਣਾ ਭਲਾਈ ਮੰਚ ਵੱਲੋਂ ਉੱਗੇ ਸਮਾਜ ਸੇਵਕ ਸਰਦਾਰ ਮੱਗਰ ਸਿੰਘ ਕੈੜਾ ਦੀ ਨਿੱਘੀ ਅਤੇ ਪਿਆਰੀ ਯਾਦ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਚਿੱਟੇ ਮੋਤੀਏ ਦਾ ਆਪਰੇਸ਼ਨ ਕੈਂਪ ਲਾਇਨਸ ਕਲੱਬ ਲੁਧਿਆਣਾ ਵੈਜੀਟੇਰੀਅਨ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼ੰਕਰਾ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾ ਕੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ, ਅੱਜ ਅਸੀਂ ਉਰੇ ਆਈ ਚੈੱਕਅਪ ਕੈਂਪ ਕਮ ਆਪਰੇਸ਼ਨ ਕੈਂਪ ਦੇ ਉੱਤੇ ਆਏ ਹਾਂ। ਇਹ ਕੈਂਪ ਲਾਇਨਸ ਕਲੱਬ ਲੁਧਿਆਣਾ ਵੈਜੀਟੇਰੀਅਨ ਨੇ ਸ਼ੰਕਰ ਆਈ ਹੋਸਪਿਟਲ ਦੇ ਨਾਲ ਲਗਾਇਆ ਹੈ। ਸਾਡੇ ਮਾਣਯੋਗ ਸਰਦਾਰ ਮੱਗਰ ਸਿੰਘ ਦੀ ਯਾਦ ਦੇ ਵਿੱਚ ਉਹਨਾਂ ਦੇ ਬੇਟਾ ਜੀ ਸਰਦਾਰ ਨਿਰਮਲ ਸਿੰਘ ਜੀ, ਜਿਹੜੇ ਕਿ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨੇ, ਅਤੇ ਉਹਨਾਂ ਦੇ ਮਿਸਿਸ ਜਿਹੜੇ ਕਿ ਇਸ ਵਾਰਡ ਤੋਂ ਕੌਂਸਲਰ ਵੀ ਨੇ, ਉਹਨਾਂ ਦੇ ਸਹਿਯੋਗ ਨਾਲ 6ਵੀਂ ਵਾਰੀ ਇਹ ਕੈਂਪ ਲਗਾਇਆ ਜਾ ਰਿਹਾ ਹੈ। ਲਾਇਨਸ ਕਲੱਬ ਡਿਸਟ੍ਰਿਕਟ 321 ਐਫ ਦਾ ਮੁੱਖ ਇੱਕ ਪ੍ਰੋਜੈਕਟ ਜਿਹੜਾ ਹੈ ਉਹ ਵਿਜ਼ਨ ਹੈ, ਜਿਹਨੂੰ ਕਿ ਲਾਇਨ ਅਵਤਾਰ ਸਿੰਘ ਜੀ ਸਾਡੇ ਕੋਆਰਡੀਨੇਟਰ ਸਾਈਟ ਫਸਟ ਦੇਖਦੇ ਨੇ। ਇਹ ਕੈਂਪ ਦੇ ਵਿੱਚ ਅੱਜ ਅਪਰੋਕਸੀਮੇਟਲੀ 500 ਮਰੀਜ਼ਾਂ ਦਾ ਅੱਖਾਂ ਦਾ ਚੈੱਕਅਪ ਹੋਊਗਾ, ਔਰ ਜਿਨ੍ਹਾਂ ਵੀ ਮਰੀਜ਼ਾਂ ਦਾ ਮੋਤੀਆਬੰਦ ਹੋਊਗਾ ਉਹਨਾਂ ਨੂੰ ਇੱਥੋਂ ਲਿਜਾ ਕੇ ਉਹਨਾਂ ਦਾ ਫ੍ਰੀ ਓਪਰੇਸ਼ਨ ਕੀਤਾ ਜਾਊਗਾ। ਅੱਜ ਵਾਰਡ ਨੰਬਰ 47 ਲੁਧਿਆਣਾ ਭਲਾਈ ਮੰਚ ਵੱਲੋਂ ਅਤੇ ਲਾਇਨਸ ਕਲੱਬ ਲੁਧਿਆਣਾ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਸ਼ੰਕਰਾ ਹੋਸਪਿਟਲ ਦੀ ਸਮੁੱਚੀ ਟੀਮ ਵੱਲੋਂ ਅੱਜ ਅਬਦੁੱਲਾਪੁਰ ਬਸਤੀ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਸਵਰਗੀ ਮੱਗਰ ਸਿੰਘ ਕੈੜਾ ਜੀ ਉਹਨਾਂ ਦੀ ਨਿੱਘੀ ਯਾਦ ਦੇ ਵਿੱਚ ਫ੍ਰੀ ਚੈੱਕਅਪ ਕੈਂਪ ਅਤੇ ਚਿੱਟੇ ਮੋਤੀਏ ਦਾ ਆਪਰੇਸ਼ਨ ਅਤੇ ਐਨਕਾਂ ਅਤੇ ਦਵਾਈਆਂ ਫ੍ਰੀ ਅਤੇ ਬਲੱਡ ਸ਼ੂਗਰ ਉਹ ਵੀ ਫ੍ਰੀ ਚੈੱਕ ਕੀਤੀ ਜਾ ਰਹੀ ਆ। ਬੜਾ ਲੋਕਾਂ 'ਚ ਉਤਸ਼ਾਹ ਵਾ, ਸਵੇਰ ਤੋਂ ਹੀ ਇਸ ਟਾਈਮ 350 ਤੋਂ ਉੱਪਰ ਪੇਸ਼ੈਂਟ ਆ ਚੁੱਕਾ ਹੋਇਆ ਵਾ, ਕਿਉਂਕਿ ਸਾਡਾ ਇਹ ਏਰੀਆ ਜਿਹੜਾ ਹੈਗਾ ਕਾਫੀ ਮੈਂ ਸਮਝਦਾ ਜ਼ਰੂਰਤਮੰਦ ਆ। ਹਰ ਸਾਲ ਕੈਂਪ ਲਗਾਈਦਾ ਵਾ, ਉਹ ਲੋਕ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਜਿਹੜੇ ਕਾਫੀ ਮਜ਼ਦੂਰ ਨੇ, ਲੇਬਰ ਕਲਾਸ ਨੇ, ਮਿਡਲ ਕਲਾਸ ਨੇ, ਜਿਹੜੇ ਕਿ ਮੈਂ ਸਮਝਦਾ ਆਪਣੀਆਂ ਅੱਖਾਂ ਜਿਹੜੀਆਂ ਅਨਮੋਲ ਨੇ ਉਹਦੀ ਕੇਅਰ ਨਹੀਂ ਕਰ ਸਕਦੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਪੌਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।